ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਆਪਾਂ ਬਣਾਵਾਂਗੇ ਨੇਚਰ ਰੈਸিপি ਵਿਦ ਦਾ ਟੋਟਿਲਾ ਚਿਪਸ ਬਹੁਤ ਈਜ਼ੀ ਐਂਡ ਕੁਇਕ ਸਨੈਕ ਹੈ ਇਹਦੇ ਲਈ ਮੈਂ 200 ਗ੍ਰਾਮ ਜਿਹੜੇ ਟੋਟਿਲਾ ਚਿਪਸ ਲਏ ਆ ਈਜ਼ੀਲੀ ਅਵੇਲੇਬਲ ਮਾਰਕੀਟ ਚੋਂ ਆਪਾਂ ਲੈ ਐਲਡੀ ਚੋਂ ਆਸਤਾ ਚੋਂ ਕਰ ਤੁਸੀਂ ਯੂਕੇ ਚ ਰਹਿੰਦੇ ਆ ਤਾਂ ਈਜ਼ੀਲੀ ਐਲਡੀ ਤੇ ਆਸਤਾ ਚ ਮਿਲ ਜਾਂਦੇ ਆ

ਨੈਕਸਟ ਆਪਾਂ ਇਹਦੇ ਤੇ ਗ੍ਰੇਟਿਡ ਚੀਜ਼ ਐਡ ਕਰ ਦੇਣਾ ਹੈ ਸ্লাইਸ ਕੀਤਾ ਹੋਇਆ ਆਪਾਂ ਹਾਫ ਆਨੀਅਨ ਐਡ ਕਰਨਾ ਹੈ नैक्सट स्लाइस किए हुए आप पेपरस एड करने हाफ पेपर इनाफिया नैक्सट आप चॉप कीतिया हुई हैं ऐड करनी है जैलोपीन नहीं है तो तुम ग्रीन चिलीज़ भी एड कर सकते है। Next, आप से हैं नैक्सट थोड़े चॉप किए हुए आप ऑलिवस एड करने ब्लैक ऑलिव्स यूज़ किए हैं मैं तो नैक्सट ऐड कर देने आप स्वीट स्वीट स्वीटकॉन ये ज़्यादा जाते हैं स्वीटकॉन टेस्ट बहुत ज़्यादा आता है यदा नैक्सट आप कैचअप ऐड कर देनी है थोड़े जे स्लाइस किए हुए आपनीयन से पेपर्स उपरों की एड कर देने थोड़ा जहाँ चीज़ ऐड कर देना होर ਇਹਨੂੰ ਆਪਾਂ ਪ੍ਰੀਹੀਟਡ oven ਦੇ ਵਿੱਚ ਰੱਖ ਦੇਣਾ ਹੈ 250 ਡਿਗਰੀ ਸੈਲਸੀਅਸ ਦੇ ਉੱਤੇ ਮੈਂ ਇਹਨੂੰ 10 ਮਿੰਟਸ ਦੇ ਲਈ ਪ੍ਰੀਹੀਟ ਕਰ ਲਿਆ ਸੀ oven ਨੂੰ ਤੇ ਬਸ ਆਪਾਂ ਇਹਨੂੰ 5 ਮਿੰਟ ਦੇ ਲਈ oven ਦੇ ਵਿੱਚ ਰੱਖਣਾ ਹੈ 5 ਮਿੰਟ ਦੇ ਐਗਜ਼ੈਕਟਲੀ 5 ਮਿੰਟ ਦੇ ਬਾਅਦ ਆਪਾਂ ਇਹਨੂੰ ਕੱਢ ਲੈਣਾ ਹੈ ਕਿਉਂਕਿ ਚਿਪਸ ਜਿਹੜੇ ਹਾਰਡ ਹੋ ਜਾਣੇ ਨਹੀਂ ਤਾਂ ਬਸ ਆਪਾਂ ਚੀਜ਼ ਹੀ ਮੈਲਟ ਕਰਨਾ ਹੈ ਤੇ ਥੋੜੀਆਂ ਜਿਹੀਆਂ ਆਪਾਂ ਨੂੰ ਸਬਜ਼ੀਆਂ ਰੋਸਟ ਹੋਈਆਂ ਚਾਹੀਦੀਆਂ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਕੱਢ ਲੈਣੇ ਆ ਬਾਹਰ ਟ੍ਰੇ ਦੇਖੋ ਕਿੰਨਾ ਨਾਈਸ ਕਲਰ ਆਇਆ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਅਗਰ ਰੈਸਪੀ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਰੈਸਪੀ ਦੇ ਨਾਲ ਥੈਂਕ ਯੂ so much ਬਾਏ